ਇਸੇ ਸਥਾਨ 'ਤੇ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਜਾਂ ਕਿਸੇ ਨੂੰ ਚਮੜੀ ਦਾ ਰੋਗ ਹੋਵੇ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬਿਮਾਰੀ ਹੋਵੇ, ਸੋ ਇਸ਼ਨਾਨ ਕਰਨ ਦੇ ਨਾਲ, ਪਰ ਇੱਕ ਗੱਲ ਜ਼ਰੂਰੀ ਆ, ਮਨੋ ਜੁੜ ਕੇ। ਗੁਰੂ ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਸੂਰ ਸਿੰਘ ਜੀ, ਸੱਚਖੰਡ ਵਾਸੀ ਸੰਤ ਬਾਬਾ ਰਾਮ ਸਿੰਘ ਜੀ, ਸਰੋਵਰ ਸਾਧੂਆਣਾ ਸਾਹਿਬ, ਪਿੰਡ ਲੰਡੇ ਕੇ, ਜ਼ਿਲ੍ਹਾ ਮੋਗਾ, ਸਥਿਤ ਲੁਹਾਰਾ ਚੌਂਕ ਦੇ ਨੇੜੇ ਅਸੀਂ ਉਸ ਸਥਾਨ ਤੋਂ ਬੋਲ ਰਹੇ ਹਾਂ ਜੀ, ਸਰੋਵਰ ਸਾਹਿਬ ਤੋਂ ਜੀ। ਸੋ ਸਾਡੇ ਮਹਾਂਪੁਰਖ ਸੰਤ ਬਾਬਾ ਸੂਰ ਸਿੰਘ ਜੀ, ਸੰਤ ਬਾਬਾ ਰਾਮ ਸਿੰਘ ਜੀ, ਮਰੱਬੇਬੰਦੀ ਤੋਂ ਪਹਿਲਾਂ, ਪਾਕਿਸਤਾਨ ਬਣਨ ਤੋਂ ਪਹਿਲਾਂ ਜੋ ਕਿ ਪਾਕਿਸਤਾਨ ਦੇ ਏਰੀਏ 'ਚੋਂ ਆਏ ਸਨ, ਸੋ ਇਸੇ ਸਥਾਨ 'ਤੇ ਆ ਕੇ ਸਾਡੇ ਗੁਰਦੁਆਰਾ ਸਾਹਿਬ ਉਹ ਰਹੇ, ਪਿੰਡ ਲੰਡੇ ਕੇ, ਉੱਥੇ ਭੋਰਾ ਸਾਹਿਬ ਬਣਿਆ ਹੋਇਆ ਹੈ। ਸੋ ਜੋ ਜਿਸ ਥਾਂ 'ਤੇ ਆਪਾਂ ਖੜ੍ਹੇ ਹਾਂ, ਇੱਥੇ ਪਹਿਲਾਂ ਇੱਕ ਕੱਚੀ ਛੱਪੜੀ ਹੁੰਦੀ ਸੀ, ਕੱਚੀ ਛੱਪੜੀ 'ਤੇ ਜਦੋਂ ਸੁਬਾਹ ਉਹਨਾਂ ਨੇ ਇਸ਼ਨਾਨ ਪਾਣੀ ਕਰਕੇ ਭਜਨ ਬੰਦਗੀ ਆ ਕੇ ਕੱਚੀ ਛੱਪੜੀ 'ਤੇ ਸਰੋਵਰ ਸਾਹਿਬ 'ਤੇ ਇੱਥੇ ਇਸ਼ਨਾਨ ਕਰਨਾ ਅਤੇ ਭਜਨ ਬੰਦਗੀ ਕਰਨੀ, ਭਜਨ ਬੰਦਗੀ ਕਰਨ ਤੋਂ ਬਾਅਦ ਉਹਨਾਂ ਸਰੋਵਰ ਸਾਹਿਬ ਵਿੱਚ ਜਾ ਕੇ ਆਪਣਾ ਨਿਵਾਸ ਕਰਨਾ ਜੀ। ਉਸ ਤੋਂ ਬਾਅਦ ਜੀ ਸੰਤ ਬਾਬਾ ਰਾਮ ਸਿੰਘ ਵੀ ਇਸੇ ਹੀ ਤਰ੍ਹਾਂ ਉਸੇ ਸਥਾਨ 'ਤੇ ਉਹਨਾਂ ਨੇ ਸੇਵਾ ਕੀਤੀ ਜੀ। ਇਸੇ ਸਥਾਨ 'ਤੇ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਜਾਂ ਕਿਸੇ ਨੂੰ ਚਮੜੀ ਦਾ ਰੋਗ ਹੋਵੇ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਬਿਮਾਰੀ ਹੋਵੇ, ਸੋ ਇਸ਼ਨਾਨ ਕਰਨ ਦੇ ਨਾਲ, ਪਰ ਇੱਕ ਗੱਲ ਜ਼ਰੂਰੀ ਆ, ਮਨੋ ਜੁੜ ਕੇ ਇਸ ਜਗ੍ਹਾ 'ਤੇ ਨਿਹਚਾ ਦੇ ਨਾਲ ਇਸ਼ਨਾਨ ਕਰੋ, ਜੋ ਆਪਣੀ ਕਿਸੇ ਵੀ ਤਰ੍ਹਾਂ ਦੀ ਸੌਖ ਆ ਆਪਣੀ ਸੌਖੇ ਪੂਰੀ ਹੋ ਜਾਂਦੀ ਹੈ ਜੀ। ਸੋ ਇੱਥੇ ਐਤਵਾਰ ਹੀ ਇਸ਼ਨਾਨ ਮੇਲਾ ਲੱਗਦਾ, ਸੰਗਤ ਦੂਰੋਂ ਦੂਰੋਂ ਇਕੱਤਰ ਹੋ ਕੇ ਇਕੱਠੀ ਹੁੰਦੀ ਹੈ, ਇੱਥੇ ਆ ਕੇ ਇਸ਼ਨਾਨ ਪਾਣੀ ਕਰਦੀ ਹੈ, ਅਰਦਾਸਾਂ ਬੇਨਤੀਆਂ ਹੁੰਦੀਆਂ ਜੀ, ਉਹ ਨੋਟ ਕੀਤੀਆਂ ਜਾਂਦੀਆਂ, ਅਰਦਾਸ ਬੇਨਤੀ ਵੀ ਕੀਤੀ ਜਾਂਦੀ ਹੈ, ਤੋਂ ਸ਼ਾਮ ਨੂੰ ਸਮਾਪਤੀ ਕੀਤੀ ਜਾਂਦੀ ਹੈ ਜੀ। ਸੋ ਸਾਡੇ ਪਿੰਡ ਲੰਡੇਕੇ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੈ, ਇੱਕ ਹੀ ਸ਼ਮਸ਼ਾਨ ਘਾਟ, ਇੱਕ ਹੀ ਸਕੂਲ, ਸਾਰੇ ਹੀ ਜਾਤਾਂ ਦਾ ਪਤਾ ਦਾ ਕੋਈ ਉੱਥੇ ਪਰਹੇਜ ਨਹੀਂ ਗਾ ਜੀ, ਸਾਰੇ ਹੀ ਇੱਕ ਥਾਂ ਹੀ ਰਹਿ ਕੇ ਪਿੰਡ ਦੇ ਨਿਵਾਸੀ, ਅਤੇ ਜੋ ਵੀ ਇਸ ਸਥਾਨ ਦੀ ਸੇਵਾ ਸਾਡੇ ਨਿਭਾ ਰਹੇ ਆ, ਜਿਵੇਂ NIR ਵੀਰ ਬਹੁਤ ਸਾਡੀ ਮਦਦ ਕਰ ਰਹੇ ਆ, ਸੋ ਉਹ ਇਸ ਸਥਾਨ ਦੀ ਸੇਵਾ ਉਹਨਾਂ ਦੀ ਸਹਾਇਤਾ ਨਾਲ ਚੱਲਦੀ ਆ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਹੀ NI ਵੀਰਾਂ ਦਾ ਆਪਣੇ ਏਰੀਏ ਦੇ ਲੰਡੇਕਿਆਂ ਦੇ ਜਾਂ ਹੋਰ ਵੀ ਜੋ ਵੀ ਹੈਗੇ ਆ ਉਹਨਾਂ ਦਾ ਧੰਨਵਾਦ ਕਰਦਾ, ਜਿਨ੍ਹਾਂ ਦੇ ਰਾਹੀਂ ਇਹ ਸੇਵਾ ਸਾਰੀ ਚੱਲ ਰਹੀ ਹੈ ਜੀ। ਸੋ ਮੈਂ ਇਸੇ ਹੀ ਤਰ੍ਹਾਂ ਉਹਨਾਂ ਨੂੰ ਬੇਨਤੀ ਕਰਾਂਗਾ, ਇਵੇਂ ਹੀ ਪਰਮਾਤਮਾ ਕਰੇ ਦਿਨ ਦੁੱਗਣੀ ਰਾਤ ਚੌਕਣੀ ਉਹਨਾਂ ਨੂੰ ਕਰੇ, ਅਤੇ ਸਾਡੀ ਸੇਵਾ ਬਰਕਰਾਰ ਇਵੇਂ ਹੀ ਚੱਲਦੀ ਰਹੇ। ਸੋ ਜਿਸ ਵੀ ਇਨਸਾਨ ਨੇ ਆਉਣਾ ਐਤਵਾਰ ਆ ਕੇ, 5 ਇਸ਼ਨਾਨ ਕਰਨ ਦੇ ਨਾਲ ਐਤਵਾਰ 'ਤੇ ਐਤਵਾਰ, ਇੱਥੇ ਕਿਸੇ ਵੀ ਤਰ੍ਹਾਂ ਦਾ ਰੋਗ ਆ, ਕੋਈ ਵੀ ਕਿਸੇ ਪ੍ਰਕਾਰ ਦਾ ਰੋਗ ਆ,
ਕਿਸੇ ਵੀ ਆਪਦੇ ਪੇਟ ਦੇ ਰੋਗ ਲਾ ਲਓ ਜਾਂ ਘਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਚੜ੍ਹਾਈ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁੱਖ ਸੱਕ ਸਕਦੇ ਹਾਂ। ਬਾਹਰਲੀ ਜਾਣ ਦੀ ਵੀ ਇੱਥੇ ਤੱਕ ਜਹਾਜ਼ ਵੀ ਬਹੁਤ ਚੜ੍ਹਾਏ ਜਾਂਦੇ ਬੱਚਿਆਂ ਦੇ, ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ। ਸੋ ਆਪਾਂ ਆ ਕੇ ਸੁੱਖ ਸਕਦੇ ਹਾਂ। ਐਤਵਾਰ ਨੂੰ ਮੇਲਾ ਲੱਗਦਾ, ਐਤਵਾਰ ਨੂੰ ਇਸ਼ਨਾਨ ਕਰਕੇ ਆਪਣਾ ਰੋਗ ਕਸ਼ਟ ਅਤੇ ਕੋਈ ਵੀ ਕਿਸੇ 'ਤੇ ਤਰੱਕੀ ਲੈ ਸਕਦੇ ਜਿੱਥੋਂ ਇਸ ਸਥਾਨ ਤੋਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹਿਗੁਰੂ, 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 ਵਾਹਿਗੁਰੂ।